ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਕੱਠੇ ਹੋਏ ਹਾਂ ਮੇਲਾ ਬਾਬਾ ਭੂਰੇ ਵਾਲਾ ਜੀ ਦੀ ਯਾਦ ਵਿੱਚ ਪਿੰਡ ਜੌੜਾ ਛੱਤਰਾਂ ਵਿੱਚ, ਜਿੱਥੇ ਕਿ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਤਰਨ ਤਾਰਨ। ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ, ਜਿਨ੍ਹਾਂ ਨੇ ਇੱਥੇ ਕੈਂਪ ਆਯੋਜਿਤ ਕਰਵਾਇਆ, ਜਿਹਦੇ ਵਿੱਚ ਫ੍ਰੀ ਦਵਾਈਆਂ, ਫ੍ਰੀ ਮੈਡੀਕਲ ਕੰਸਲਟੇਸ਼ਨ ਅਤੇ ਫ੍ਰੀ ਟੈਸਟ ਕੀਤੇ ਜਾ ਰਹੇ ਨੇ, ਅਤੇ ਇੱਥੇ ਸੰਗਤਾਂ ਨੂੰ ਇਹਦਾ ਬਹੁਤ ਲਾਭ ਮਿਲ ਰਿਹਾ। ਬਹੁਤ ਸਾਰੀਆਂ ਸੰਗਤਾਂ ਮੈਡੀਕਲ ਕੈਂਪ ਵਿੱਚ ਪਹੁੰਚੀਆਂ ਨੇ, ਕਿਉਂਕਿ ਅਸੀਂ ਹਰ ਸਾਲ ਇੱਥੇ ਮੇਲਾ ਕਰਾਉਂਦੇ ਹਾਂ ਅਤੇ ਕਾਫੀ ਟਾਈਮ ਤੋਂ ਇਹ ਮੇਲਾ ਲੱਗਦਾ ਆ। ਅਤੇ ਇਸ ਵਾਰੀ ਅਸੀਂ ਸੋਚਿਆ ਸੀਗਾ ਕਿ ਲੰਗਰ ਦੀ ਬਜਾਏ ਅਸੀਂ ਇੱਕ ਕੈਂਪ ਜਿਹੜਾ ਉਹ ਵੀ ਨਾਲ ਲਾਈਏ, ਕਿਉਂਕਿ ਲੰਗਰ ਦੇ ਨਾਲੋਂ ਰੋਟੀਆਂ ਪਾਣੀਆਂ ਨਾਲੋਂ ਸਾਨੂੰ ਦਵਾਈਆਂ ਦੀ ਇਸ ਯੁੱਗ ਵਿੱਚ ਜ਼ਿਆਦਾ ਲੋੜ ਹੈ। ਕਿਉਂਕਿ ਜਿਹੜੇ ਲੋਕ ਬਿਮਾਰ ਨੇ, ਗਰੀਬ ਨੇ, ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦੇ ਜਾਂ ਦਵਾਈਆਂ ਮਹਿੰਗੀਆਂ ਨੇ, ਇਲਾਜ ਬਹੁਤ ਮਹਿੰਗਾ ਆ, ਉਹ ਇੱਥੇ ਆਣ ਕੇ ਆਪਣਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਉਹ ਅਸੀਂ ਕਰਾਂਗੇ। ਹਰ ਸੰਭਵ ਜਿਹੜੀ ਹੈ ਸਹਾਇਤਾ ਕੀਤੀ ਜਾਏਗੀ, ਜਿਹਦੇ ਵਿੱਚ ਡਾਕਟਰ ਕਿਰਪਾਲ ਸਿੰਘ ਸਾਡੇ ਨਾਲ ਨੇ, ਇਹ ਛਾਤੀ ਦੇ ਮਾਹਿਰ ਨੇ। ਜੋ ਵੀ ਦਮਾ, ਖਾਂਸੀ, TB ਦੀ ਜਿਹੜੀ ਸ਼ਿਕਾਇਤ ਹੈ ਮਰੀਜ਼ਾਂ ਨੂੰ, ਉਹ ਇੱਥੇ ਦੇਖਣਗੇ। ਸਾਡੇ ਨਾਲ ਡਾਕਟਰ ਅਮਰਜੀਤ ਨੇ, ਇਹ ਔਰਥੋ ਦੇ ਜਿਹੜੇ ਜਿੰਨੇ ਮਰੀਜ਼ ਨੇ ਜਾਂ ਜਿਨ੍ਹਾਂ ਨੂੰ ਗੋਡਿਆਂ ਦੀ, ਮੋਢਿਆਂ ਦੀ ਕੋਈ ਪ੍ਰੋਬਲਮ ਆ, ਅੱਜ ਕੱਲ੍ਹ ਸਾਰਿਆਂ ਨੂੰ ਜੋੜਾਂ ਦੀ ਬੜੀ ਪ੍ਰੋਬਲਮ ਹੈ, ਉਹ ਇਹ ਦੇਖਣਗੇ। ਮੈਂ ਡਾਕਟਰ ਹਰਿੰਦਰ ਸਿੰਘ, ਮੈਂ ਜਿੰਨੇ ਮੈਡੀਸਿਨ ਦੇ ਮਰੀਜ਼ ਨੇ, BP ਦੇ, ਸ਼ੂਗਰ ਦੇ, ਦਿਲ ਦੇ ਜਿਹੜੇ ਮਰੀਜ਼ ਨੇ ਜਾਂ ਦਿਮਾਗ ਤੋਂ ਕੋਈ ਪ੍ਰੋਬਲਮ ਹੈ, ਉਹ ਮੈਂ ਦੇਖਾਂਗਾ, ਠੀਕ ਹੈ। ਬਾਕੀ ਇੱਥੇ ਗਾਇਨੀ ਦੇ ਵੀ ਡਾਕਟਰ ਸਾਹਿਬ ਆਏ ਹੋਏ ਨੇ, ਅਤੇ ਸਾਰਿਆਂ ਨੂੰ, ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਉਹ ਇੱਥੇ ਪਹੁੰਚਣ ਅਤੇ ਆ ਕੇ ਆਪਣਾ ਇਸ ਮੈਡੀਕਲ ਕੈਂਪ ਦਾ ਲਾਭ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।